वेलकम टू खन्ना न्यूज लाइव। खन्ना शहर विच दिल्ली अमृतसर नेशनल हाईवे उत्ते खेती आर्डिनेंसा खिलाफ किसान मजदूर यूनियन ते आड़तिया ने मिलके 2 घंटे लिए सड़क जाम कीती। इस मौके खन्ना शहर के विधायक गुरकेल सिंह कोटली ने भी किसानों का समर्थन किया। इस धरने नू किसान यूनियन आगू बलवीर सिंह राजेवाल, हरिंदर सिंह लखोवाल, जसवंत सिंह बीजा, रजिंदर सिंह कोट पनैच, प्रगट सिंह पनैच, आड़ती हरबंस सिंह रोशा, यादविंदर सिंह लिबड़ा, हरजीत सिंह गरेवाल आदि ने संबोधन किया। अमृत राजेवाल, भारतीय किसान यूनियन लखोवाल, ब्लाक खन्ना। ਅੱਜ ਜਿਹੜਾ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ, ਨੈਸ਼ਨਲ ਹਾਈਵੇ ਜਾਮ ਕੀਤਾ, ਕਿਉਂ ਕੀਤਾ, ਕੀ ਕਾਰਨ ਹੈ ਜੀ? ਇਹ ਜਿਹੜੇ ਕਿਸਾਨ ਮਾਰੂ 3 ਆਰਡੀਨੈਂਸ ਆਏ ਨੇ, 4th ਬਿਜਲੀ ਸੋਧ ਬਿੱਲ ਬਣਾਇਆ ਇਹਨਾਂ ਨੇ 20-20, ਇੱਕ ਮਾਰੂ ਨੀਤੀਆਂ ਨੇ, ਸਰਕਾਰ ਦੀ ਨੀਤੀ ਤੇ ਨੀਤ ਦੋਨੋਂ ਖਰਾਬ ਨੇ ਇਹਦੇ 'ਚ। ਜਦੋਂ ਕਿਸਾਨ ਨੂੰ ਸਮਝ ਲੱਗਿਆ ਤਾਂ ਇਹ ਹਾਲਾਤ ਨੇ ਕਿ ਕਿਸਾਨਾਂ ਨੂੰ ਸੜਕਾਂ 'ਤੇ ਆਉਣਾ ਪਿਆ। ਪੰਜਾਬ ਦੇ 13 MP ਨੇ, ਹਰਿਆਣੇ ਦੇ ਨੇ 12-13, 5-4 ਵਿਆਹਾਂ 'ਚ ਹੁੰਦੇ ਨੇ, 5-4 ਹਸਪਤਾਲਾਂ 'ਚ ਹੁੰਦੇ ਨੇ, 5-4 ਆਪਣਾ ਕਿਤੇ ਹੋਰ ਕੰਮ ਲੱਗੇ ਹੁੰਦੇ ਨੇ। ਜਿਹੜੇ 5-4 ਉੱਥੇ ਜਾਂਦੇ ਨੇ 544 'ਚ, ਉਹਨਾਂ ਦੀ ਸੁਣਵਾਈ ਕੋਈ ਨਹੀਂ ਹੁੰਦੀ। ਅਖੀਰ ਕਿਸਾਨੀ ਨੂੰ ਇਹ ਹੱਲ ਲੱਭਿਆ ਕਿ ਪ੍ਰੋਟੈਸਟ ਅੱਜ ਛੋਟਾ ਲੱਗਦਾ ਭਾਵੇਂ, ਕਿਉਂਕਿ ਪੰਜਾਬ ਦੇ 22 ਜ਼ਿਲ੍ਹਿਆਂ 'ਚ 44 ਜਗ੍ਹਾ 'ਤੇ ਕਿਸਾਨ ਸੜਕਾਂ 'ਤੇ ਬੈਠੇ ਨੇ। ਜੋ ਕੁਛ ਇਹਨਾਂ ਨਾਲ ਹੋ ਰਿਹਾ ਸਰਕਾਰ ਉਹ ਸਹੀ ਨਹੀਂ ਕਰ ਰਹੀ, ਲੇਕਿਨ ਇਹ ਪਹਿਲੋਂ ਅਕਾਲੀ ਦਲ ਵੀ ਇਹਨੂੰ ਡਿਫੈਂਡ ਕਰਨ ਲੱਗਿਆ ਸੀ, ਕਿਸਾਨ ਮਾਰੂ ਨੀਤੀਆਂ ਨੂੰ। ਕਾਂਗਰਸ ਵੀ ਕਰਦੀ ਸੀ, ਲੇਕਿਨ ਕਿਸਾਨਾਂ ਦਾ ਵਿਰੋਧ ਦੇਖ ਕੇ, ਕਿਉਂਕਿ ਇਕੱਲੇ ਕਿਸਾਨੀ ਨਾਲ ਨਹੀਂ ਜੁੜਿਆ ਇਹ ਧਰ, ਜੋ ਵੀ ਇਨਸਾਨ ਦਾ ਹਰੇਕ ਵਰਗ ਜੋ ਵੀ ਕੁਛ ਕਰਦਾ ਇੱਥੇ, ਇਹ ਹਰੇਕ ਚੀਜ਼ ਨੂੰ ਘਾਟੇ 'ਚ ਪਾਊਗਾ। ਇਸ ਤੋਂ ਬਚਣ ਲਈ, ਉਸ ਪਰੇਸ਼ਾਨੀ ਤੋਂ ਬਚਣ ਲਈ ਇਹ ਅੱਜ ਕਿਸਾਨ ਪ੍ਰੋਟੈਸਟ ਕਰਿਆ, ਸੜਕਾਂ 'ਤੇ ਬੈਠਾ, ਕਿਉਂਕਿ ਦੋਨਾਂ ਅਸੈਂਬਲੀਆਂ 'ਚ ਭਾਜਪਾ ਦਾ ਬਹੁਮਤ ਹੈ, ਉਹ ਆਪਣੀ ਮਰਜ਼ੀ ਨਾਲ ਕੁਛ ਵੀ ਪਾਸ ਕਰ ਲੈਂਦਾ। ਇਹ ਪ੍ਰੋਟੈਸਟ ਹੀ ਕਿਸਾਨਾਂ ਦੇ ਇੱਕ ਹੱਕ ਹੈ ਬਚਾਉਣ ਲਈ, ਜਿਹੜਾ ਇਹਨੂੰ ਜ਼ੋਰ ਨਾਲ ਕੀਤਾ ਜਾ ਸਕਦਾ। ਇਹ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ, ਜੇਕਰ ਸਰਕਾਰ ਆਪਣੇ ਇਸ ਬਿਆਨ ਤੋਂ ਨਹੀਂ ਮੁੱਕਰਦੀ, ਨਹੀਂ ਪਿੱਛੇ ਮੁੜਦੀ, ਆਰਡੀਨੈਂਸਾਂ ਜਿੱਦ ਫੜੀ ਰੱਖੀ ਆਰਡੀਨੈਂਸ ਕਰਨ ਇਹਨੂੰ ਲਾਗੂ ਕਰਨ ਦੀ, ਤਾਂ ਸੰਘਰਸ਼ ਸੰਗਰਾਮ 'ਚ ਬਦਲ ਜਾਣੇ ਨੇ ਅਤੇ ਹਰ ਹੀਲੇ ਵਸੀਲੇ ਇਸ ਨੂੰ ਵਾਪਸ ਕਰਵਾਏਗੀ ਯੂਨੀਅਨ। ਸਾਨੂੰ ਜਿੱਥੋਂ ਤੱਕ ਮਰਜ਼ੀ ਜਾਣਾ ਪਵੇ, ਅਸੀਂ ਚੰਡੀਗੜ੍ਹ ਵੀ ਘੇਰਾਂਗੇ, ਅਤੇ ਆਉਣ ਵਾਲੇ ਸਮੇਂ 'ਚ ਉਸ ਤੋਂ ਬਾਅਦ 'ਚ ਫਿਰ ਵੀ ਸੁਣਵਾਈ ਨਹੀਂ ਹੁੰਦੀ, ਦਿੱਲੀ ਨੂੰ ਵੀ ਵੋਟ ਕਰ ਦਿਆਂਗੇ। ਇਹ ਪੰਜਾਬ ਹਰਿਆਣੇ ਦਾ ਮੰਡੀਕਰਨ ਖਤਮ ਕਰਨ ਨੂੰ ਕਹਿੰਦੀਆਂ ਨੇ ਸਰਕਾਰਾਂ, ਇਹ ਤਾਂ ਕੀ ਸਾਡੇ ਨਾਲ ਲੱਗ ਕੇ ਅੱਜ ਆਲ ਇੰਡੀਆ ਦੀਆਂ ਸਾਰੀਆਂ ਯੂਨੀਅਨਾਂ ਸਾਰੀਆਂ ਸਟੇਟਾਂ 'ਚ ਮੰਡੀ ਬੋਰਡ ਲਾਗੂ ਕਰਾਉਣ ਨੂੰ ਆਪਣੀ ਆਪਣੀ ਆਵਾਜ਼ ਦੇ ਰਹੀਆਂ ਨੇ, ਜਿਹੜਾ ਆਉਣ ਵਾਲੇ ਸਮੇਂ ਸਰਕਾਰਾਂ ਨੂੰ ਪਤਾ ਲੱਗ ਜੂਗਾ। ਜਿਹੜਾ ਅੱਜ ਕਿੰਨੇ ਕਿਸਾਨਾਂ ਨੇ ਇੱਥੇ ਜਿਹੜਾ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਧਰਨੇ 'ਤੇ ਜਿਹੜੇ ਬੈਠੇ? ਇੱਥੇ ਆੜਤੀਆ ਐਸੋਸੀਏਸ਼ਨ, ਮਨੀਮ ਐਸੋਸੀਏਸ਼ਨ, 11 ਯੂਨੀਅਨ ਅਤੇ ਮੰਡੀ ਦੀ ਲੇਬਰ ਐਸੋਸੀਏਸ਼ਨ। ਕੱਲ੍ਹ ਸਾਡੀ ਮੀਟਿੰਗ ਹੋਈ ਸੀ, ਉਸ ਮੁਤਾਬਕ ਸਾਰਿਆਂ ਨੇ ਆਪੋ ਆਪਣੀ ਕੰਮਾਂ ਕਰ ਰਹੇ ਤੋਂ ਟਾਈਮ ਕੱਢ ਕੇ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਰੇ ਇੱਥੇ ਹਾਜ਼ਰ ਹੋਏ ਨੇ। ਅੱਜ ਤੁਸੀਂ ਦੇਖ ਲਓ, 3 ਕਿੱਲੇ ਚੌੜਾ ਰੋਡ ਆ ਭਰਿਆ, ਉਹਨਾਂ ਨੂੰ ਕੀ ਪਤਾ ਜਿਹੜੇ ਏਸੀਆਂ 'ਚ ਬੈਠ ਕੇ ਕਾਨੂੰਨ ਥੋਪਣ ਨੂੰ ਫਿਰਦੇ ਨੇ, ਪਤਾ ਉਹਨੂੰ ਆ ਜਿਹੜਾ ਧੁੱਪਾਂ 'ਚ ਪੁੰਜੇ ਬੈਠਾ। ਇਹਦੇ 'ਚ ਇਹ ਹੈ ਜੀ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਅੱਜ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੀਆਂ ਨੇ, ਉਸ ਜਥੇਬੰਦੀਆਂ ਸੜਕਾਂ ਰੋਕ ਕੇ ਕਰ ਰਹੀਆਂ ਨੇ, ਕੁਛ ਪੁਲਾਂ 'ਤੇ ਬੈਠੀਆਂ ਨੇ, ਕੁਛ ਪਹਿਲਾਂ ਹੀ ਲਗਾਤਾਰ ਧਰਨੇ ਚਲਾ ਰਹੀਆਂ ਨੇ, ਕਿਉਂਕਿ ਹਰ ਇੱਕ ਦਾ ਆਪੋ ਆਪਣਾ, ਇੱਥੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦਾ ਧਰਨਾ 2 ਦਿਨ ਦਾ, 2 ਘੰਟੇ ਦਾ ਧਰਨਾ ਸੀਗਾ, 12 ਵਜੇ ਤੋਂ ਲੈ ਕੇ 2 ਵਜੇ ਤੱਕ, ਉਹਦੇ ਵਿੱਚ ਅਸੀਂ ਆਪਣੀ ਜਥੇਬੰਦੀ ਵੱਲੋਂ ਸ਼ਾਮਿਲ ਹੋਏ ਹਾਂ, ਕਿਉਂਕਿ ਅਸੀਂ ਸਾਰੇ ਇਹਨਾਂ 3 ਆਰਡੀਨੈਂਸਾਂ ਦਾ ਵਿਰੋਧ ਕਰਦੇ ਹਾਂ, ਇਸ ਕਰਕੇ ਸਾਡੀ ਵੀ ਸਾਰਿਆਂ ਦੇ ਨਾਲ ਕਿਸਾਨਾਂ ਦੇ ਨਾਲ ਸ਼ਮੂਲੀਅਤ ਹੈ। ਕੀ ਹੈ ਕੀ ਆਰਡੀਨੈਂਸ ਦੇ ਵਿੱਚ ਜਿਹੜਾ ਇਹ ਜਿਹੜੇ ਆਰਡੀਨੈਂਸ ਇਹਨਾਂ ਨੇ ਜਾਰੀ ਕੀਤੇ ਨੇ, ਇਹ ਤਾਂ ਇੱਕ ਤਾਂ ਜਿਹੜੀ MSP ਹੈ ਸਾਡੀ ਚੱਲ ਰਹੀ, ਮਿਨੀਮਮ ਸਪੋਰਟ ਪ੍ਰਾਈਸ, ਉਹਨੂੰ ਖਤਮ ਕਰਨ ਦਾ ਹੈ, ਅਤੇ ਇਹਨਾਂ ਨੇ ਪ੍ਰਾਈਵੇਟ ਮੰਡੀਆਂ, ਸਾਡਾ ਮੰਡੀ ਸਿਸਟਮ ਤੋੜਨ ਦਾ ਇਹਨਾਂ ਦਾ ਉਪਰਾਲਾ, ਕਿਉਂਕਿ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਮੰਡੀ ਸਿਸਟਮ ਹੈ, ਇਹ ਕਿਸੇ ਉਹਦੇ ਅਧੀਨ ਚੱਲ ਰਿਹਾ, ਮਤਲਬ ਕਿਸੇ ਨਾ ਨੋਟੀਫਿਕੇਸ਼ਨ ਦੇ ਅਧੀਨ, ਔਰ ਇਹਦੇ ਕਾਨੂੰਨ ਬਣੇ ਹੋਏ ਨੇ, ਉਹਦੇ ਅੰਦਰ ਜਿਹੜਾ ਵਪਾਰੀ ਆਉਂਦਾ ਉਹਨੂੰ ਖਰੀਦਣਾ ਪੈਂਦਾ, ਔਰ ਉਹਦੇ 'ਚ ਉਹਨੂੰ ਬਣਦਾ ਟੈਕਸ ਦੇਣਾ ਪੈਂਦਾ, ਜਿਹਨੂੰ RDF ਕਹਿੰਦੇ ਨੇ, ਰੂਰਲ ਡਿਵੈਲਪਮੈਂਟ ਫੰਡ ਵੀ ਹੈ, ਜਿਹਦੇ ਨਾਲ ਪਿੰਡਾਂ ਦੀਆਂ ਸੜਕਾਂ ਦੀ ਤਰੱਕੀ ਹੁੰਦੀ ਹੈ, ਮੰਡੀ ਦੇ ਵਿੱਚ ਵੀ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਇਨਫਰਾਸਟ੍ਰਕਚਰ ਵਾਸਤੇ, ਅਤੇ ਇਹਨਾਂ ਨੇ ਉਸ ਸਿਸਟਮ ਨੂੰ ਤੋੜਨ ਵਾਸਤੇ ਪ੍ਰਾਈਵੇਟ ਵੱਡੇ ਘਰਾਣਿਆਂ ਨੂੰ, ਅੰਬਾਨੀਆਂ ਅਡਾਨੀਆਂ ਨੂੰ,
ਖੁੱਲ੍ਹ ਦਿੱਤੀ ਹੈ ਵੀ ਉਹ ਆਪਦੀ ਮੰਡੀ ਬਣਾ ਕੇ ਆਪਦਾ ਯਾਰਡ ਬਣਾ ਕੇ ਵੀ ਖਰੀਦ ਸਕਦੇ ਨੇ ਜਿੱਥੇ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ। ਇਹ ਜਿਹੜੀ ਹੈਗੀ ਸਟੇਟ ਗਵਰਨਮੈਂਟ ਉਹਦੇ ਜਿਹੜੇ ਹੈਗੇ ਇਨਕਮ 'ਤੇ ਵੀ ਬਹੁਤ ਅਸਰ ਪੈਣਾ ਜੀ। ਸਟੇਟ ਗਵਰਨਮੈਂਟ ਦੀ ਇਨਕਮ ਇੱਥੇ ਅੰਦਾਜ਼ਾ ਇੱਕ 45,000 ਕਰੋੜ ਰੁਪਈਆ ਸਾਲ ਦਾ ਸਾਡਾ ਪੰਜਾਬ ਦਾ ਉਹਦੇ 'ਚ ਘਾਟਾ ਪੈਣਾ। ਬਾਕੀ ਜਿਹੜਾ ਉਹਨਾਂ 'ਤੇ ਜਿਹੜਾ ਉਹ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਅੰਕੁਸ਼ ਨਹੀਂ ਹੋਣਾ, ਉਹ ਆਪਦੀ ਮਰਜ਼ੀ ਮਨਮਾਨੀ ਕਰਨਗੇ। ਅਕਾਲੀ ਦਲ ਯੂ ਟਰਨ 'ਤੇ ਆ ਗਿਆ, ਪਹਿਲਾਂ ਸਪੋਰਟ ਕੀਤੀ ਹੁਣ ਕਹਿੰਦੇ ਅਸੀਂ ਉੱਥੇ ਜਾ ਕੇ ਮੰਗ ਕਰਾਂਗੇ, ਕੀ ਕਹੋਗੇ ਜੀ? ਦੇਖੋ ਜੀ, ਅਕਾਲੀ ਦਲ ਨੇ ਹੁਣ ਤੱਕ, ਕਿਉਂਕਿ ਸ਼ੁਰੂ 'ਚ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਕਹਾਉਂਦਾ ਸੀ, ਅਤੇ ਇਹ ਹੁਣ ਕਿਤੇ 2-3 ਦਹਾਕਿਆਂ ਤੋਂ ਅਕਾਲੀ ਦਲ ਹੈ ਜਿਹੜਾ ਇਹ ਵੀ ਉਹ ਦੂਜੀਆਂ ਪਾਰਟੀਆਂ ਵਰਗਾ ਹੀ ਹੋ ਗਿਆ। ਇਹਨਾਂ ਨੇ ਆਪਦੀ ਸੈਂਟਰ ਦੇ ਵਿੱਚ ਇੱਕ ਵਜ਼ੀਰੀ ਬਚਾਉਣ ਵਾਸਤੇ ਕਿਸਾਨਾਂ ਨੂੰ ਇਹ ਧੋਖਾ ਦੇ ਰਹੇ ਨੇ, ਕੋਈ ਉਹਦੀ ਹਮਾਇਤ ਕਰ ਰਹੇ ਨੇ। ਸਾਹਿਬ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ, ਕੀ ਹੈਗਾ ਪ੍ਰੋਟੈਸਟ ਜੀ? ਦੇਖੋ, ਜਿਹੜੇ ਕਿਸਾਨ ਵਿਰੋਧੀ ਇੱਕ ਕਾਲੇ ਕਾਨੂੰਨ ਲਿਆ ਕੇ ਪਹਿਲਾਂ ਤਾਂ ਆਰਡੀਨੈਂਸ ਜਾਰੀ ਕੀਤੇ ਗਏ ਔਰ ਹੁਣ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਜਿਹੜਾ ਵਾ ਬਣ ਜਾ ਰਿਹਾ, ਤੋ ਉਹਦੇ ਵਿਰੋਧ 'ਚ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਿਸਾਨ ਨੇ ਔਰ ਕਾਂਗਰਸ ਪਾਰਟੀ ਵੀ ਅੱਜ ਡਟ ਕੇ ਇਸ ਗੱਲ ਦਾ ਵਿਰੋਧ ਕਰ ਰਹੀ ਹੈ। ਔਰ ਜੇ ਕਿਸਾਨ ਦੇ ਕੋਲੋਂ ਇਹ MSP ਚਲੀ ਗਈ ਜਾਂ ਮੰਡੀਆਂ ਦੀ ਜਿਹੜੀ ਖੁੱਲ੍ਹ ਦੇ ਦਿੱਤੀ ਗਈ, ਜੋ BJP ਨਾਰਾ ਲਾ ਰਹੀ ਹੈ ਕਿ ਵਨ ਨੇਸ਼ਨ ਵਨ ਮੰਡੀ, ਇਹ ਬਹੁਤ ਹੀ ਘਾਤਕ ਸਿੱਧ ਹੋਊਗੀ। ਔਰ ਇਹਦੇ ਨਾਲ ਜਿੱਥੇ ਕਿਸਾਨ ਜਿਹੜਾ ਵਾ ਬਿਲਕੁਲ ਹੀ ਉਹਦੀ ਹਾਲਾਤ ਜਿਹੜੇ ਨੇ ਬੜੇ ਖਰਾਬ ਹੋ ਜਾਣਗੇ, ਉਹਦੇ ਨਾਲ ਨਾਲ ਸਾਡੇ ਸੂਬੇ ਦੀ ਜਿਹੜੀ ਡਿਵੈਲਪਮੈਂਟ ਆ, ਵਿਕਾਸ ਆ, ਉਹ ਵੀ ਰੁਕ ਜਾਏਗਾ। ਸੋ ਇਸ ਕਰਕੇ ਅਸੀਂ ਅੱਜ ਸੜਕਾਂ 'ਤੇ ਉਤਰੇ ਹਾਂ ਔਰ ਅਸੀਂ ਇਹੋ ਜਿਹੇ ਕਾਨੂੰਨ ਜਿਹੜੇ ਨੇ ਬਿਲਕੁਲ ਬਣ ਨਹੀਂ ਦਿਆਂਗੇ। ਔਰ ਮੇਰੀ ਵੀ ਇਹ ਗੱਲ ਕੇਂਦਰ ਸਰਕਾਰ ਕੋਲ ਅਪੀਲ ਆ ਕਿ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਕਾਲੇ ਕਾਨੂੰਨ ਨੇ ਡਰੌਪ ਕੀਤੇ ਜਾਣ ਔਰ ਜੋ ਸਿਸਟਮ ਪਹਿਲਾਂ ਚੱਲ ਰਿਹਾ, ਜੋ ਮੰਡੀਕਰਨ ਸਿਸਟਮ ਅੱਜ ਤੋਂ ਨਹੀਂ ਕਈ ਦਹਾਕਿਆਂ ਤੋਂ ਜਿਹੜਾ ਸ਼ੁਰੂ ਹੋਇਆ, ਕਿਉਂਕਿ ਕਿਸਾਨ ਅੰਨਦਾਤਾ, ਕਿਸਾਨ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਅਤੇ ਅੱਜ ਜਦੋਂ ਮਤਲਬ ਜਿਹੜਾ ਵਾ ਉਹ ਹੱਲ ਹੋ ਗਿਆ, ਅਤੇ ਇਹ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਦੇ ਕਿਸਾਨ ਨਾਲ ਵਿਤਕਰਾ ਕਰ ਰਹੀ ਹੈ। ਅਤੇ ਅੱਜ ਜਿਵੇਂ ਬਲਵੀਰ ਸਿੰਘ ਰਾਜੇ ਵਾਲੇ ਵੀ ਕਹਿ ਰਹੇ ਸੀਗੇ ਵੀ ਰਾਜਨੀਤੀ ਨਾ ਕੀਤੀ ਜਾਵੇ, ਇਹਦੇ ਬਾਰੇ ਕੀ ਕਹਿੰਗੇ? ਬਿਲਕੁਲ, ਕੋਈ ਰਾਜਨੀਤੀ ਕਿਸੇ ਨੂੰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਕਿਸਾਨਾਂ ਦਾ ਮੁੱਦਾ ਹੈਗਾ, ਇਮੋਟਿਵ ਇਸ਼ੂ ਆ, ਬੜਾ ਇਮੋਸ਼ਨਲ ਆ। ਸੋ ਇਸ ਕਰਕੇ ਅਸੀਂ ਤਾਂ ਆਪਣਾ ਜਿਹੜਾ ਇੱਕ ਸਮਰਥਨ ਆ ਇਹ ਉਹਨਾਂ ਨੂੰ ਦੇ ਰਹੇ ਹਾਂ ਔਰ ਅਸੀਂ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜਾਂਗੇ ਔਰ ਖੜੇ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵੀ ਤਕੜੇ ਹੋ ਕੇ ਖੜਾਂਗੇ। ਦੇਖੋ ਜੀ, ਸਾਰੇ ਪੰਜਾਬ ਵਿੱਚ ਅਸੀਂ ਰੋਸ ਵਜੋਂ ਜਿਹੜੇ ਪੰਜਾਬ ਦੀਆਂ ਮੇਨ ਨੈਸ਼ਨਲ ਹਾਈਵੇਜ਼ ਨੇ ਉਹਨਾਂ 'ਤੇ 2 ਘੰਟੇ ਟ੍ਰੈਫਿਕ ਜਾਮ ਕਰਕੇ ਅਸੀਂ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ, ਕਿਉਂਕਿ ਅੱਜ ਦੇਸ਼ ਵਿੱਚ ਹਰ ਖੇਤਰ ਜਿਹੜਾ ਉਹ ਡੁੱਬਿਆ ਪਿਆ, ਸਿਰਫ ਅਤੇ ਸਿਰਫ ਖੇਤੀ ਸੈਕਟਰ ਹੈ ਜਿਹਦੀ ਪੋਜ਼ੀਟਿਵ ਗਰੋਥ ਹੈ, 3.4% ਪੋਜ਼ੀਟਿਵ ਹੈ, ਇਹ ਸੈਕਟਰ ਨੇ ਦੇਸ਼ ਬਚਾਇਆ। ਅਤੇ ਇਹ ਦੂਸਰੀ ਗੱਲ, ਇਹ ਤੋਂ ਅਗਲੀ, ਪੰਜਾਬ ਇੱਕ ਐਸੀ ਸਟੇਟ ਹੈ, ਇਹ ਉਦੋਂ ਚੁਣੀ ਗਈ ਜਦੋਂ ਦੇਸ਼ 'ਚ ਅੰਨ ਸੰਕਟ ਸੀ, ਅਸੀਂ ਹੱਥ ਬੰਨ੍ਹ ਕੇ ਅਮਰੀਕਾ ਤੋਂ ਕਣਕ ਖਰੀਦ ਕੇ ਲਿਆਉਂਦੇ ਹੁੰਦੇ ਸੀ, ਅਤੇ ਪੰਜਾਬ ਦੀ ਚੋਣ ਕਰਕੇ ਗ੍ਰੀਨ ਰੈਵੋਲਿਊਸ਼ਨ ਦੀ ਸ਼ੁਰੂਆਤ ਇੱਥੋਂ ਕੀਤੀ ਗਈ। ਅਤੇ ਹੁਣ ਪੰਜਾਬ ਨੇ ਉਹਨਾਂ ਦਾ ਅੰਨ ਪੱਖੋਂ ਅੰਨ ਭੰਡਾਰ ਭਰ ਦਿੱਤੇ, ਜਿਹੜੀ ਸਾਡੀ ਦੇਸ਼ ਦੀ ਭੁੱਖ ਸੀ ਅੰਨ ਦੀ, ਉਹ ਦੂਰ ਕਰਤੀ, ਅਸੀਂ ਫੂਡ ਸਰਪਲਸ ਹੋ ਗਏ। ਅਫਸੋਸ ਇਹ ਹੈ ਵੀ ਇੰਨੇ ਅਕਿਰਤ ਕਣ ਲੋਕ ਰਾਜ ਕਰਦੇ ਨੇ ਜਿਨ੍ਹਾਂ ਨੇ ਪੰਜਾਬੀਆਂ ਨੇ ਆਪਣਾ ਪਾਣੀ ਵੀ ਮੁਕਾ ਲਿਆ, ਆਪਣੇ ਤੁਹਾਡੇ ਗੋਦਾਮ ਵੀ ਭਰਤੇ, ਉਹਨਾਂ ਨੂੰ ਅੱਜ ਸਜ਼ਾ ਦੇਣ 'ਤੇ ਉਤਰੇ। ਇਸ ਕਰਕੇ ਮੈਂ ਸਮਝਦਾ ਮੋਦੀ ਸਰਕਾਰ ਤਾਂ ਉੱਕਾ ਹੀ, ਅਸੀਂ ਬੜੀ ਦੇਰ ਤੋਂ ਕਹਿੰਦੇ ਹੁੰਦੇ ਸੀ ਜਦੋਂ ਇਹ ਜਨਸੰਘ ਸੀ ਇਹ ਵਪਾਰੀਆਂ ਦੀ ਪਾਰਟੀ, ਹੁਣ BJP ਬਣ ਗਈ ਅਤੇ ਹਰ ਗੱਲ ਵਪਾਰੀਆਂ ਦੀ ਉਹ ਕਰਦੇ ਨੇ। ਅਤੇ ਅੱਜ ਸਾਰੇ ਦੇਸ਼ 'ਚ ਸਭ ਤੋਂ ਜ਼ਿਆਦਾ ਹਲਚਲ ਜੇ ਮਚੀ ਹੈ ਤਾਂ ਇਹ ਜਿਹੜੇ 3 ਆਰਡੀਨੈਂਸ ਨੇ ਇਹਦੇ ਨਾਲ ਮਚੀ ਹੈ। ਇੱਕ ਤਾਂ ਖੇਤੀ ਜਿਹੜਾ ਸਟੇਟ ਸਬਜੈਕਟ ਹੈ, ਉਹਨਾਂ ਨੇ ਇਹਦੇ ਵਿੱਚ ਦਖਲ ਦੇ ਕੇ ਸਟੇਟਾਂ ਦੇ ਅਧਿਕਾਰ ਜਿਹੜੇ ਖੋਣ ਦੀ ਕੋਸ਼ਿਸ਼ ਕੀਤੀ ਹੈ। ਦੂਸਰੀ ਗੱਲ, ਇਹਨੂੰ ਉਹਨਾਂ ਕੋਲ ਇੱਕ ਲੈਕੁਨਾ ਸੀ, ਟ੍ਰੇਡ ਐਂਡ ਕਮਰਸ 12ਵੀਂ ਜਿਹੜੀ ਸਾਡੀ ਕੰਕਰੈਂਟ ਲਿਸਟ ਆ ਉਹਦੇ ਵਿੱਚ ਹੈ, ਉਹਦਾ ਫਾਇਦਾ ਉਠਾ ਕੇ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ, 2 ਮੰਡੀਆਂ ਬਣਾਤੀਆਂ, 1 ਮੰਡੀ APMC ਐਕਟ ਦੀ, 1 ਇਸ ਆਰਡੀਨੈਂਸ ਦੀ। ਜਿਹੜੀ APMC ਐਕਟ ਵਾਲੀ ਮੰਡੀ ਆ ਉੱਥੇ 8.5% ਟੈਕਸਿਸ ਨੇ, ਉਹ ਰੈਗੂਲੇਟਡ ਮਾਰਕੀਟ ਹੈ। ਇਹ ਜਿਹੜੀ ਬਾਹਰ ਬਣੇਗੀ ਇਹਦੇ 'ਤੇ ਕੋਈ ਟੈਕਸ ਨਹੀਂ, ਕੋਈ ਲਾਇਸੈਂਸ ਨਹੀਂ, ਕੋਈ ਕੋਰਟ ਵਿੱਚ ਨਹੀਂ ਜਾ ਸਕਦਾ, ਕੋਈ ਉਹਨਾਂ ਨੂੰ ਚੈੱਕ ਕਰਨ ਦਾ ਕੋਈ ਤਰੀਕਾ ਨਹੀਂ। ਅਤੇ ਦੂਸਰੇ ਪਾਸੇ APMC ਮਾਰਕੀਟ 'ਚ ਜਦੋਂ ਪ੍ਰੋਵੀਜ਼ਨ ਹੈਗਾ, ਹਰ ਕੋਈ ਜੋ ਚਾਹੇ ਉਹ ਆ ਕੇ ਉੱਥੇ ਖਰੀਦੋ ਫਰੋਖਤ ਕਰ ਸਕਦਾ, ਤਾਂ ਇਸ ਐਕਟ ਦੀ ਲੋੜ ਨਹੀਂ ਸੀ। ਇਹ ਸਿੱਧਾ ਸਿੱਧਾ ਸਪਸ਼ਟ ਸਾਫ਼ ਕਰਦਾ ਵੀ ਮੋਦੀ ਜੀ ਖੇਤੀ ਸੈਕਟਰ ਕਾਰਪੋਰੇਟ ਆਫਿਸ ਨੂੰ ਦੇਣ ਵਾਲੇ ਨੇ,
ਕਾਰਪੋਰੇਟ ਹਾਊਸਿਸ ਨੂੰ ਖੇਤੀ ਚਲੀ ਗਈ ਤਾਂ ਦੇਸ਼ ਗੁਲਾਮ ਹੋ ਜਾਏਗਾ। 80% ਲੋਕ ਖੇਤੀ ਤੋਂ ਆਪਣੀ ਰੋਟੀ ਕਮਾਉਂਦੇ। ਪਹਿਲਾਂ ਅਕਾਲੀ ਦਲ ਨੇ ਇਹਨਾਂ ਆਰਡੀਐਸ ਨੂੰ ਸਹੀ ਦੱਸਿਆ ਗਿਆ ਜੀ ਕੀ ਕਹੋਗੇ? ਅਕਾਲੀ ਦਲ ਦਾ ਅਫਸੋਸਨਾਕ ਪਹਿਲੂ ਆ, ਉਹ ਫਸੇ ਨੇ। ਮੈਂ ਬੜੀ ਵਾਰੀ ਮੇਰੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਹੋਈ ਆ, ਉਹ ਮੈਨੂੰ ਅਖੀਰ 'ਚ ਤੁਰਨ ਵੇਲੇ ਪੁੱਛਦਾ ਵੀ ਕੋਈ ਰਾਹ ਦੱਸ ਦਿਓ। ਮੈਂ ਕਿਹਾ ਰਾਹ ਇੱਕੋ ਹੈ, ਜਾਂ ਲੋਕਾਂ ਨਾਲ ਖੜ ਜਾਓ ਜਾਂ ਕੁਰਸੀ ਨਾਲ ਖੜ ਜਾਓ। ਅਤੇ ਹੁਣ ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਅਹਿਸਾਸ ਹੋਣ ਲੱਗਿਆ, ਵਕਤ ਦੱਸੋ ਵੀ ਕੀ ਕਰਦੇ ਨੇ। ਪਰ ਅਸੀਂ ਤਾਂ ਬੜਾ ਕੱਲ੍ਹ ਉਹ ਗੈਰ ਹਾਜ਼ਰ ਰਹੇ ਹਾਂ, ਮੈਂ ਕੰਡੈਮ ਕੀਤਾ। ਕੱਲ੍ਹ ਉਹ ਹਾਊਸ 'ਚੋਂ ਗੈਰ ਹਾਜ਼ਰ ਰਹੇ ਹਾਂ, ਮੈਂ ਕਿਹਾ ਇਨਡਾਇਰੈਕਟ ਸਪੋਰਟ ਹੈ, ਅਸੀਂ ਇਹਨੂੰ ਮੰਨਦੇ ਨਹੀਂ। ਅਤੇ ਜੇ ਤੁਸੀਂ ਕਰਨਾ ਤਾਂ ਸਿੱਧਾ ਸਿੱਧਾ ਇਹਦੇ ਵਿਰੋਧ 'ਚ ਵੋਟ ਪਾਓ, ਕਿਉਂਕਿ ਪੰਜਾਬ ਦੀ ਕਿਸਮਤ ਦਾ ਫੈਸਲਾ ਹੈ। ਜੇ ਤੁਸੀਂ ਇਹਨੂੰ ਬਾਹਰ ਵੀ ਰਹਿੰਦੇ ਹੋ ਤਾਂ ਉਹ ਵੀ ਇੱਕ ਤਰ੍ਹਾਂ ਦੀ ਸਪੋਰਟ ਹੋਊਗੀ। ਮੋਦੀ ਕੋਲ ਭਾਵੇਂ ਬਹੁਮਤ ਹੈ, ਪਰ ਜਨਤਾ ਜਿਹੜੀ ਹੈ, ਜਨਤਾ ਦੇ ਕਚਹਿਰੀ ਵਿੱਚ ਮੋਦੀ ਕੋਲ ਅੱਜ ਬਹੁਮਤ ਨਹੀਂ। ਕੱਲ੍ਹ ਅਸੀਂ ਪ੍ਰੋਟੈਸਟ ਕਰਨ ਵਾਸਤੇ ਚੱਲੇ ਹਾਂ ਪਾਰਲੀਮੈਂਟ ਅੱਗੇ, ਬਹੁਤ ਵੱਡੀ ਲਾਰਜ ਸਕੇਲ 'ਤੇ ਨਹੀਂ। ਅਸੀਂ ਕਿਹਾ, ਹਰ ਜਥੇਬੰਦੀ ਨੂੰ ਕਿਹਾ ਵੀ 100-200 ਬੰਦੇ ਲੈ ਕੇ ਆਓ। ਪੰਜਾਬ ਦੀਆਂ 11 ਜਥੇਬੰਦੀਆਂ ਜਾਣਗੀਆਂ, ਹਰਿਆਣੇ ਦੀਆਂ 31 ਜਥੇਬੰਦੀਆਂ। ਇੱਕ ਸਭ ਤੋਂ ਵਧੀਆ ਪਹਿਲੂ ਇਹ ਹੈ ਵੀ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਸਾਰੇ ਸੂਬੇ 'ਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਹਰਿਆਣੇ ਦੀ ਮੈਂ ਇਕੱਠੀ ਕਰਾ ਕੇ ਆਇਆ, ਉਹਨਾਂ ਦਾ ਤੁਸੀਂ ਦੇਖ ਲਿਆ ਰੁੱਖ ਪਿਛਲੇ ਦਿਨ 10 ਤਰੀਕ ਨੂੰ ਜੋ ਹੋਇਆ ਹਰਿਆਣੇ, ਉਹ ਤੁਹਾਨੂੰ ਸਭ ਨੂੰ ਪਤਾ ਹੈ। ਅੱਜ ਰਾਜਸਥਾਨ ਵਿੱਚ ਵੀ ਹਰ ਮੰਡੀ ਵਿੱਚ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣੇ ਨੇ, ਔਰ ਇਸੇ ਤਰ੍ਹਾਂ ਯੂਪੀ ਵਿੱਚ ਵੀ ਸ਼ੁਰੂ ਹੋ ਗਿਆ, ਤਾਮਿਲਨਾਡੂ 'ਚ ਸ਼ੁਰੂ ਹੋ ਗਿਆ, ਮਹਾਰਾਸ਼ਟਰ ਵਿੱਚ ਲੋਕਾਂ ਨੇ ਉੱਥੇ ਦੇ ਮੁੱਖ ਮੰਤਰੀ ਮੱਧ ਪ੍ਰਦੇਸ਼ 'ਚ ਸ਼ਿਵਰਾਜ ਚੌਹਾਨ ਨੂੰ ਬੜੇ ਇਕੱਠ ਵਿੱਚੋਂ ਲੋਕਾਂ ਨੇ ਭਜਾ ਦਿੱਤਾ, ਬੋਲਣ ਨਹੀਂ ਦਿੱਤਾ। ਤੋ ਇਹ ਇੱਕ ਮਾਹੌਲ ਬਣ ਗਿਆ ਸਾਰੇ ਦੇਸ਼ ਵਿੱਚ, ਹੁਣ ਇਹਨਾਂ 'ਤੇ ਕਾਬੂ ਨਹੀਂ ਆਉਣਾ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਇਹ ਸੀਗਾ ਪ੍ਰੋਟੈਸਟ, ਇਹਨੂੰ ਕਾਂਗਰਸ ਪਾਰਟੀ ਵੱਲੋਂ MLA ਆ ਕੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ? ਨਹੀਂ, ਹਾਈਜੈਕ ਕਰਨੀ ਮੈਂ ਸਮਝਦਾ ਕਮਲਾ ਸੀਗਾ, ਕੋਈ ਹਾਈਜੈਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉੱਦਾਂ ਤਾਂ ਉਹ ਸਪੋਰਟ ਕਰਨ ਆਇਆ, ਪਰ ਉਹ ਜਿੱਦਾਂ ਇੱਕ ਬਣ ਗਿਆ ਰੁਝਾਨ ਬਣ ਗਿਆ, ਜਦੋਂ ਕੋਈ ਪਾਰਟੀ ਦਾ MLA ਆ ਜਾਵੇ ਨਾ, ਉਹ ਭਾਵੇਂ ਕੁਛ ਨਾ ਦੇਵੇ, ਲੋਕ ਉਹਦੇ ਆਲੇ ਦੁਆਲੇ ਇੱਦਾਂ ਇਕੱਠੇ ਹੋ ਜਾਂਦੇ ਨੇ ਜਿਵੇਂ ਮੁਖਤਿਆਰ ਦੇ ਮੱਖੀਆਂ। ਹੁਣ ਜੇ ਇੰਨੀ ਉਹ ਗੱਲ ਹੈ ਤਾਂ ਆਰਡੀਨੈਂਸ ਨੂੰ ਪੜ੍ਹੇ ਤਾਂ ਸਹੀ, ਉਹ ਉਹਦੇ ਵਿੱਚ ਕੀ ਆ ਉਹ ਤਾਂ ਉਹਨੂੰ ਵਿਚਾਰੇ ਨੂੰ ਪਤਾ ਨਹੀਂ। ਉਹ ਤਾਂ ਅਸੀਂ ਸਾਡੇ ਲੜਨ ਜੋਗੇ ਅਸੀਂ ਰਹਿ ਗਏ, ਅਤੇ ਅਸੀਂ ਲੜਦੇ ਹਾਂ, ਸਾਡੀ ਲੜਾਈ ਹੈ, ਸਾਡੀ ਕਰਦੇ, ਅਸੀਂ ਕਿਸੇ 'ਤੇ ਨਹੀਂ ਡਿਪੈਂਡ ਕਰਦੇ। ਠੀਕ, ਧੰਨਵਾਦ।